ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਲੱਗਿਆ ਹੈ ਕਿ ਇੰਗਲੈਂਡ ਦੇ ਵਿੱਚ 21 ਮਾਰਚ 2021 ਨੂੰ ਸੈਂਸਸ ਹੋਣ ਜਾ ਰਿਹਾ ਹੈ ਔਰ ਇਸ ਸੈਂਸਸ ਦੇ ਦੌਰਾਨ ਇੰਗਲੈਂਡ ਦੇ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਗੱਲ ਦਾ ਖਿਆਲ ਰੱਖਣ ਕਿ ਇਸ ਸੈਂਸਸ ਦੇ ਦੌਰਾਨ ਭਰੇ ਜਾਣ ਵਾਲੇ ਫਾਰਮਾਂ ਦੇ ਵਿੱਚ ਜਿੱਥੇ ਤੁਹਾਡੇ ਤੋਂ ਪੁੱਛਿਆ ਗਿਆ ਹੈ ਕਿ ਤੁਹਾਡਾ ਰਿਲੀਜੀਅਨ ਕੀ ਹੈ ਉੱਥੇ ਤੁਸੀਂ ਸਿੱਖ ਭਰਨਾ ਹੈ ਜਿੱਥੇ ਪੁੱਛਿਆ ਗਿਆ ਹੈ ਕਿ ਤੁਹਾਡੀ ਪਛਾਣ ਕਿਹੜੀ ਹੈ ਲੈਂਗੁਏਜ ਕਿਹੜੀ ਹੈ ਉੱਥੇ ਤੁਸੀਂ ਪੰਜਾਬੀ ਭਰਨੀ ਹੈ ਤੇ ਜਿੱਥੇ ਤੁਹਾਡੇ ਤੋਂ ਪੁੱਛਿਆ ਗਿਆ ਹੈ ਕਿ ਤੁਹਾਡਾ ਐਥਨਿਕ ਕੀ ਹੈ ਉੱਥੇ ਤੁਸੀਂ ਸਿੱਖ ਹੀ ਭਰਨਾ ਇਹਦੇ ਨਾਲ ਸਾਡੀਆਂ ਆਉਣ ਵਾਲੀ ਇਸ ਸਮੇਂ ਦੇ ਅੰਦਰ ਕਈ ਸਮੱਸਿਆਵਾਂ ਦਾ ਹੱਲ ਹੋਏਗਾ ਪਹਿਲਾਂ ਵੀ ਜਿਹੜੀਆਂ ਮਰਦਮ ਸ਼ੁਮਾਰੀਆਂ ਹੋਈਆਂ ਨੇ ਉਹਨਾਂ ਮਰਦਮ ਸ਼ੁਮਾਰੀਆਂ ਦੇ ਦੌਰਾਨ ਅਸੀਂ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਿਸ ਕਾਰਨ ਸਾਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਭੁੱਲਣਾ ਨਹੀਂ ਹੈ 21 ਮਾਰਚ 2021 ਨੂੰ ਆਨਲਾਈਨ ਵੀ ਯੂਕੇ ਦੇ ਵਿੱਚ ਫਾਰਮ ਜਿਹੜੇ ਐ ਫਿਲ ਕੀਤੇ ਜਾ ਰਹੇ ਨੇ ਔਰ ਆਫਲਾਈਨ ਵੀ ਜਿਹੜਾ ਹੈ ਇਹ ਫਾਰਮ ਜਿਹੜੇ ਨੇ ਫਿਲ ਕੀਤੇ ਜਾ ਰਹੇ ਨੇ ਫਾਰਮ ਫਿਲ ਕਰਦੇ ਵਕਤ ਸਮੋਹ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਗੱਲ ਦਾ ਖਿਆਲ ਰੱਖਣ ਮੈਂ ਫਿਰ ਅਪੀਲ ਕਰਨੀ ਚਾਹਨਾ ਕਿ ਜਿੱਥੇ ਰਿਲੀਜੀਅਨ ਪੁੱਛਿਆ ਹੈ ਉੱਥੇ ਸਿੱਖ ਪਰਨ ਜਿੱਥੇ ਲੈਂਗੁਏਜ ਪੁੱਛੀ ਹੈ ਉੱਥੇ ਪੰਜਾਬੀ ਪਰਨ ਤੇ ਜਿੱਥੇ ਐਥਨਿਕ ਪੁੱਛਿਆ ਹੈ ਉੱਥੇ ਵੀ ਸਿੱਖ ਪਰਨ ਸਾਨੂੰ ਸਿੱਖ ਹੋਣ ਤੇ ਮਾਣ ਹੈ ਤੇ ਮਾਣ ਹੋਣਾ ਵੀ ਚਾਹੀਦਾ ਹੈ ਸ਼ਰਮ ਸੰਕੋਚ ਜਿਹੜੀ ਹੈ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਜਨਮ ਦੇਗੀ ਜੇਕਰ ਅਸੀਂ ਇਸ ਵਾਰ ਵੀ ਗਲਤੀ ਕਰ ਦਿੱਤੀ ਤੇ ਮੈਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਵੀ ਇਹ ਅਪੀਲ ਕਰਨੀ ਚਾਹਨਾ ਕਿ ਆਪਣੇ ਰਿਸ਼ਤੇਦਾਰ ਜਿਹੜੇ ਯੂਕੇ ਦੇ ਵਿੱਚ ਰਹਿੰਦੇ ਨੇ ਕੋਈ ਸਾਖ ਸੰਬੰਧੀ ਕੋਈ ਦੋਸਤ ਮਿੱਤਰ ਉਹਨਾਂ ਨੂੰ ਟੈਲੀਫੋਨ ਕਰਕੇ ਈਮੇਲ ਕਰਕੇ ਵਟਸਐਪ ਕਰਕੇ ਜਿਹੜਾ ਇਸ ਗੱਲ ਲਈ ਸੁਚੇਤ ਕਰੋ ਕਿ 21 ਮਾਰਚ 2021 ਨੂੰ ਜਿਹੜਾ ਸੈਂਸਸ ਹੋਣ ਜਾ ਰਿਹਾ ਹੈ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਫਾਰਮ ਫਿਲ ਕਰਦੇ ਵਕਤ ਧਿਆਨ ਰੱਖਣ ਰਿਲੀਜਨ ਸਿੱਖ ਭਰਿਆ ਜਾਵੇ ਔਰ ਲੈਂਗੁਏਜ ਪੰਜਾਬੀ ਭਰੀ ਜਾਵੇ ਤੇ ਐਥਨਿਕ ਵੀ ਸਿੱਖ ਹੀ ਪਰਿਆ ਜਾਵੇ ਇਹਦੇ ਨਾਲ ਸਾਡੀਆਂ ਆਉਣ ਵਾਲੇ ਸਮੇਂ ਦੇ ਅੰਦਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਹੋਏਗਾ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਥੇਰੇ ਮੌਕੇ ਪ੍ਰਾਪਤ ਹੋਣਗੇ ਔਰ ਸਾਡੀ ਸੰਸਾਰ ਦੇ ਅੰਦਰ ਪਛਾਣ ਜਿਹੜੀ ਹੈ ਉਹ ਸਥਾਪਿਤ ਹੋਏਗੀ ਜਿਹਦੇ ਲਈ ਅਸੀਂ ਜ਼ਦੋ ਜ਼ਾਇਦ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ